ਤਾਂ ਨਹੀਂ ਜ਼ਿਆਦਾ ਆਉਂਦਾ ਜੀ, ਪਰ ਤਾੜੀਆਂ ਪਾ ਦਿਆ ਕਰੋ। ਮੈਂ ਧੰਨਵਾਦੀ ਹਾਂ ਮੇਰੇ ਸਤਿਕਾਰਯੋਗ ਚਾਚਾ ਜੀ ਸ਼ਾਮ ਲਾਲ ਜੀ ਅਤੇ ਬਾਬਾ ਬਲਦੇਵ ਜੀ, ਮੇਰਾ ਮਾਣ ਕਰਕੇ ਗਏ ਨੇ, ਕਮੇਟੀ ਦੇ ਮੈਂਬਰ ਕਰਕੇ ਗਏ ਜੀ, ਮੈਂ ਨਾਂ ਨਹੀਂ ਜਾਣਦਾ, ਸਾਰਿਆਂ ਦੇ ਚਰਨੀ ਮੇਰੇ ਮਨਜ਼ੂਰ ਕਰਿਓ। ਮਿਹਨਤਾਂ ਨੂੰ ਲੱਗਦੇ ਨੇ ਫਲ ਵੱਲਿਆ, ਮਿਹਨਤਾਂ ਨੂੰ ਲੱਗਦੇ ਨੇ ਫਲ ਵੱਲਿਆ, ਲੋਕੀ ਨਾ ਦਿਖਾਵੇ ਉਹ ਤਾਂ ਜਿਹੜੇ ਫੜਨੇ, ਨੀਂਦਰਾਂ ਦੇ ਨਾਲ ਕਦੋਂ ਮੌੜੀ ਆ ਰਹੀਆਂ, ਫਤਿਹ ਹੋਰ ਜਿਨ੍ਹਾਂ ਨੇ ਮੈਦਾਨ ਕਰਨੇ, ਨੀਂਦਰਾਂ ਦੇ ਨਾਲ ਕਦੋਂ ਮੌੜੀ ਆ ਰਹੀਆਂ, ਫਤਿਹ ਹੋਰ ਜਿਨ੍ਹਾਂ ਨੇ ਮੈਦਾਨ ਕਰਨੇ। ਸਪੋਰਟ ਵੀ ਨਾ ਪੈਰ ਪੁੱਟਦਾ, ਸੱਚ ਨੂੰ ਸਹਾਰਿਆਂ ਦੀ ਲੋੜ ਕੋਈ ਨਾ, ਝੂਠ ਨਾ ਸਪੋਰਟ ਵੀ ਨਾ ਪੈਰ ਪੁੱਟਦਾ, ਸੱਚ ਨੂੰ ਸਹਾਰਿਆਂ ਦੀ ਲੋੜ ਕੋਈ ਨਾ, ਉਹ ਤਾਂ ਚਿਰ ਸੂਰਜ ਨਹੀਂ ਤੱਕ ਸਕਦੇ, ਭਾਵੇਂ ਅੰਬਰਾਂ ਚ ਵੱਜਣਾ ਦੀ ਥੋੜ ਕੋਈ ਨਾ, ਕਿਹੜੇ ਪਹਾੜ ਤੇ ਬੁਲੰਦ ਹੌਸਲੇ, ਸਿਖਰਾਂ ਤੇ ਜਾ ਕੇ ਜਿੰਨਾ ਪੈਰ ਧਰਨੇ, ਓਏ ਨਿੰਦਰਾਂ ਦੇ ਨਾਲ ਕਦੋਂ ਲੋੜੀ ਆ ਰਹੀਆਂ, ਫਤਿਹ ਹੋਰ ਜਿੰਨਾ ਨੇ ਮੈਦਾਨ ਕਰਨੇ, ਨਿੰਦਰਾਂ ਦੇ ਨਾਲ ਕਦੋਂ ਲੋੜੀ ਆ ਰਹੀਆਂ, ਫਤਿਹ ਹੋਰ ਜਿੰਨਾ ਨੇ ਮੈਦਾਨ ਕਰਨੇ। ਮਾਸਟਰ ਅਵਤਾਰ ਜੀ ਢੀਂਡਸਾ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ, ਕਹਿੰਦੇ ਦੂਜਿਆਂ ਨੂੰ ਥੱਲੇ ਕਦੇ ਲਾਉਣ ਵਾਸਤੇ, ਅੱਜ ਦਾ ਸਭ ਤੋਂ ਵੱਡਾ ਰੋਗ ਹੈ ਲੱਤ ਫੜ ਕੇ ਖਿੱਚਣਾ, ਦੂਜਿਆਂ ਨੂੰ ਥੱਲੇ ਕਦੇ ਲਾਉਣ ਵਾਸਤੇ ਭੁੱਲ ਕੇ ਨਾ ਮਿੱਤਰੋ ਬਣਾਉਣ ਬਣਦਾ। ਕੀ ਲਿਖਿਆ, ਕਰਦੇ ਨੇ ਗੱਲ ਸਦਾ ਹੱਕ ਸੱਚ ਦੀ, ਖੂਨ ਵਿੱਚ ਭਰੀ ਅੱਜ ਨਾ ਦੇ ਅੜਕਾ, ਦੂਜਿਆਂ ਨੂੰ ਥੱਲੇ ਕਦੇ ਲਾਉਣ ਵਾਸਤੇ ਭੁੱਲ ਕੇ ਨਾ ਮਿੱਤਰੋ ਬਣਾਉਣ ਬਣਦਾ। ਮੁਕੱਦਰਾਂ ਨੂੰ ਦੋਸ਼ ਚੱਲਣੇ, ਜਦਰੀ ਮੁਕੱਦਰਾਂ ਦੇ ਦੋਸ਼ ਮਰਨੇ, ਨੀਂਦਰਾਂ ਦੇ ਨਾਲ ਕਦੋਂ ਲਾਉਣੀ ਆਈਆਂ, ਫਤਿਹ ਹੋਣ ਜਿੰਨਾ ਨੇ ਮੈਦਾਨ ਕਰਨੇ, ਨੀਂਦਰਾਂ ਦੇ ਨਾਲ ਕਦੋਂ ਲਾਉਣੀ ਆਈਆਂ, ਫਤਿਹ ਹੋਣ ਜਿੰਨਾ ਨੇ ਮੈਦਾਨ ਕਰਨੇ। ਬੂੰਦ ਬੂੰਦ ਨਾਲ ਖੜੇ ਵੇਖੇ ਪਰਦੇ, ਭੀੜ ਸਿਆਂ ਵਾਲੀਆਂ ਇਹ ਗੱਲਾਂ ਸੱਚੀਆਂ, ਅਵਤਾਰੀ ਉਹੀ ਅੱਖਰ ਨੂੰ ਹੋਰ ਮੰਜਣਾ, ਮਿਹਨਤਾਂ ਦੇ ਉੱਤੇ ਜਿਨ੍ਹਾਂ ਟੇਕਾਂ ਰੱਖੀਆਂ, ਮਿਹਨਤਾਂ ਦੇ ਪਰਦੇ, ਭੀੜ ਸਿਆਂ ਵਾਲੀਆਂ ਇਹ ਗੱਲਾਂ ਸੱਚੀਆਂ, ਜਿਗਰੇ ਪਹਾੜ ਤੇ ਬੁਲੰਦ ਹੌਸਲੇ, ਸਿਖਰਾਂ ਤੇ ਜਾ ਕੇ ਜਿੰਨਾ ਪੈਰ ਧਰਨੇ, ਆਹ ਨਿੰਦਰਾਂ ਦੇ ਨਾਲ ਕਦੋਂ ਲਾਉਣੀ ਆ ਰਹੀਆਂ, ਫਤਿਹ ਹੋਰ ਜਿੰਨਾ ਨੇ ਮੈਦਾਨ ਕਰਨੇ, ਨਿੰਦਰਾਂ ਦੇ ਨਾਲ ਕਦੋਂ ਲਾਉਣੀ ਆ ਰਹੀਆਂ, ਫਤਿਹ ਹੋਰ ਜਿੰਨਾ ਨੇ ਮੈਦਾਨ ਕਰਨੇ, ਫਤਿਹ ਹੋਰ ਜਿੰਨਾ
ਵਾਲੀ ਕਰਨੀ।